ਆਪਣਾ ਫਰਾਉਨੀਅਤ ਦੀ ਇੱਕ ਮਿਸਾਲ ਦੇਣਾ, ਜਲਦੀ ਕਰੀਬ ਕਰ ਲੈਣਾ। ਉਹਨਾਂ ਫਰਾਉਨਾਂ ਤੇ ਇਹਨਾਂ ਫਰਾਉਨਾਂ 'ਚ ਫਰਕ ਕੀ ਸੀ? ਉਸ ਮੁਆਸ਼ਰੇ ਤੇ ਇਸ ਮੁਆਸ਼ਰੇ 'ਚ ਫਰਕ ਕੀ ਸੀ? ਹਜ਼ਰਤ ਮੂਸਾ ਅਲੈਹਿ ਸਲਾਮ ਜਦੋਂ ਤਸ਼ਰੀਫ ਲਿਆਏ ਨੇ, ਉਦੋਂ ਲੋਕਾਂ ਦੇ ਪੁੱਤਰ ਛੱਡ ਦਿੰਦਾ ਸੀ, ਧੀਆਂ ਮਾਰ ਦਿੰਦਾ ਸੀ, ਕਿ ਧੀਆਂ ਛੱਡ ਦਿੰਦਾ ਸੀ, ਪੁੱਤਰ ਮਾਰ ਦਿੰਦਾ ਸੀ। ਬੋਲੋ ਯਾਰ, ਤੁਹਾਨੂੰ ਕੋਈ ਯਾਦ ਆਈ ਜੀ ਗੱਲ? ਇਹ ਲੋਕਾਂ ਦੇ ਬੇਟੇ ਮਾਰ ਦਿੰਦਾ ਸੀ ਤੇ ਧੀਆਂ ਛੱਡ ਦਿੰਦਾ ਸੀ। ਇਹਨੂੰ ਕਿਹਾ ਸ਼ੱਕ ਪਾਇਆ ਸੀ ਕਿ ਕੋਈ ਬੱਚਾ ਪੈਦਾ ਹੋਣਾ ਜਿਸ ਤਰ੍ਹਾਂ ਸ਼ਾਹੀ ਦਾ ਬੇੜਾ ਗਰਕ ਕਰਨ। ਇਹ ਫਿਰ ਲੋਕਾਂ ਦੇ ਪੁੱਤਰ ਮਾਰੀ ਆਉਂਦਾ ਸੀ ਅੰਦਾਜ਼ੇ ਨਾਲ ਹੀ। ਜਿਹੜਾ ਅੰਦਾਜ਼ੇ ਨਾਲ ਹੀ ਮਾਰੀ ਆਵੇ ਨਾ, ਉਹ ਵੀ ਫਿਰਾਉਣ ਹੀ ਹੁੰਦਾ ਜੀ। ਯਾਰ ਜੁੜ ਕੇ ਸੁਣੋ ਨਾ, ਮੈਂ ਦੇਰ ਕਦੀ ਲੱਗਣ ਨਹੀਂ ਦਿੱਤੀ। ਮੈਂ ਪਿਆਨਾ ਜਿਹੜਾ ਅੰਦਾਜ਼ੇ ਨਾਲ ਹੀ ਮਾਰੀ ਆਵੇ, ਖੁਰਿਆ ਹੋਏ ਕਿ ਖੁਰਿਆ ਹੋਏ, ਖੁਰਿਆ ਹੋਏ ਕਿ ਖੁਰਿਆ ਹੋਏ, ਉਹ ਵੀ ਫਿਰਾਉਣ ਹੀ ਹੁੰਦਾ। 70,000 ਬੱਚਾ ਆਉਂਦੇ ਨੇ, ਤਾਰੀਖ ਦੱਸੀ ਇਹਨੇ ਮਾਰ ਦਿੱਤਾ। ਉਸ ਦੌਰ ਦੇ ਫਿਰਾਉਣ ਬੇਟਿਆਂ ਨੂੰ ਮਾਰਦੇ ਸਨ ਤੇ ਬੇਟੀਆਂ ਨੂੰ ਜ਼ਿੰਦਾ ਛੱਡਦੇ ਸਨ। ਜਿਹੜੇ ਨਬੀ ਦੇ ਦੌਰ 'ਚ ਸਨ ਨਾ, ਉਹ ਬੇਟੀਆਂ ਨੂੰ ਜ਼ਿੰਦਾ ਦਫਨਾ ਛੱਡਦੇ ਸਨ, ਬੇਟੀ ਨੂੰ ਜ਼ਿੰਦਾ ਦਫਨ ਕਰਦੇ ਸਨ। ਪਰਦਾਦਾਰ ਇਸੇ ਤਰ੍ਹਾਂ ਬੈਠੀਆਂ ਨਾ ਅੱਜ, ਉਹ ਦੱਸ ਨਾ ਕਿਉਂ ਬੈਠੀਆਂ। ਸਕੀਆਂ ਧੀਆਂ ਨੂੰ ਜ਼ਿੰਦਾ ਦਫਨ ਕਰਦੇ ਸਨ ਬੰਦੇ। ਇੱਕ ਐਸਾ ਬੰਦਾ ਵੀ ਨਬੀ ਦੀ ਖਿਦਮਤ 'ਚ ਆਇਆ ਜਿਹੜਾ ਰੋਣ ਲੱਗ ਪਿਆ, ਕਹਿਣ ਲੱਗਾ, ਯਾਰ ਰਸੂਲੱਲਾ, ਮੈਨੂੰ ਵਕਤ ਨਹੀਂ ਭੁੱਲਦਾ, ਤੇਰੇ ਆਉਣ ਨਾਲ ਚਾਨਣ ਹੋ ਗਿਆ। ਮੈਂ ਆਪਣੀ ਐਡੀ ਧੀ ਦਫਨ ਕੀਤੀ ਸੀ ਤੇ ਜਿਹਨੂੰ ਮੈਂ ਦਫਨ ਪਿਆ ਕਰਦਾ ਸਾਂ, ਉਹ ਟੋਇਆ ਕੱਢਣ 'ਚ ਮੇਰੀ ਮਦਦ ਵੀ ਕਰਦੀ ਸੀ। ਖੁਦਾ ਦੀ ਕਸਮ, ਦੀਆਂ ਬੁੜਕਾਂ ਉੱਥੇ ਜਾ ਪਈਆਂ। ਉਸ ਕਿਹਾ, ਯਾਰ ਰਸੂਲੱਲਾ, ਉਹ ਸਮਝਦੀ ਸੀ ਘੋਰੇ ਅੱਬੂ ਨੂੰ ਜ਼ਰੂਰੀ ਹੈ ਪੁੱਟਣਾ, ਤੇ ਅੱਬੂ ਦੀ ਮੈਂ ਮਦਦ ਕਰਾਂ ਤਾਂ ਕਿ ਮੇਰਾ ਬਾਬਾ ਬਹੁਤਾ ਥੱਕ ਨਾ ਜਾਏ। ਕਹਿਣ ਲੱਗੀ, ਆਪਣੇ ਉਹਨੂੰ ਕੀ ਪਤਾ ਸੀ ਮੈਂ ਚੋਚ ਨੂੰ ਦਫਨ ਕਰਨਾ? ਐਸਾ ਵਕਤ ਹੈ ਸੀ, ਇਹੋ ਜਿਹੇ ਬੰਦੇ ਹੁੰਦੇ ਨੇ ਤੇ ਮੁਹੰਮਦ ਆਉਂਦੇ ਨੇ ਨਾ। ਸਦਕੇ ਜਾਵਾਂ, ਆਬਾਦ ਰਵੋ। ਲੋਕਾਂ ਨੂੰ ਕੀ ਪਤਾ ਕਿ ਮਿਲਾਦ ਕੀ ਸ਼ੈ ਵੇ, ਤੇਰੀ ਕਿੰਨੀ ਕੁ ਖੁਸ਼ੀ ਹੋਣੀ ਚਾਹੀਦੀ ਹੈ? ਇਹ ਸ਼ਰੀਫ ਲੋਕਾਂ ਵਾਸਤੇ ਮਿਲਾਦ ਹੋਇਆ। ਮੌਲਾ ਤੁਹਾਨੂੰ ਜਜ਼ਾ ਦੇਵੇ, ਇਹ ਸ਼ਰੀਫ ਲੋਕਾਂ ਵਾਸਤੇ ਬਹੁਤ ਬੜੀ ਨਿਮਤ ਹੈ ਮੇਰਾ ਨਬੀ। ਬਾਕੀ ਲੋਕਾਂ ਨੂੰ ਕੀ ਪਤਾ ਹੋਵੇ ਕਿ ਮੁਸਤਫਾ ਕਿਸ ਅਜ਼ਮਤ ਦਾ ਨਾਂ? ਹਸੂਰ ਆਏ, ਅੱਲਾਹ ਨੇ ਫਰਮਾਇਆ, ਮੇਰਾ ਹਬੀਬ, ਏਡੇ ਜ਼ਾਲਿਮ ਬੰਦੇ ਤੇਰੇ ਸਾਹਮਣੇ ਮੌਜੂਦ ਨੇ ਜਿਹੜੇ ਧੀਆਂ ਨੂੰ ਇੱਜ਼ਤ ਹੀ ਨਹੀਂ ਸਮਝਦੇ। ਉਹ ਸਮਝਦੇ ਸਨ ਧੀ ਹੋ ਪਈ ਨਾ, ਧੀ ਹੋ ਪਈ ਤੇ ਫਿਰ ਜਵਾਈ ਵੀ ਮੇਰਾ ਕੋਈ ਬਣਨਾ ਨਾ, ਤੇ ਧੀ ਮੇਰੀ ਬਿਸਤਰੀ ਕਰਾਉਣੀ ਹੈ, ਉਂਝ ਮੈਂ ਬਾਇੱਜ਼ਤ ਹਾਂ। ਜਵਾਈ ਬਣਾਵਾਂਗਾ ਤੇ ਮੇਰੀ ਇੱਜ਼ਤ ਰੁਲ ਜਾਏਗੀ, ਕਿਸੇ ਦੇ ਕਦਮਾਂ 'ਚ ਮੇਰੇ ਧੀ ਦੇ ਵਾਲ ਹੋਣਗੇ, ਇਹ ਮੈਨੂੰ ਪਸੰਦ ਨਹੀਂ। ਇਹਨੂੰ ਆਉਂਦੇ ਜੇ ਫਿਰਾਉਨੀਅਤ, ਆਪ ਬੰਦੇ ਬੰਦੇ ਦਾ ਜਵਾਈ ਬਣਦੇ ਸਨ। ਕਿੰਨੇ ਬੰਦੇ ਮੈਂ ਸੁਣਦੇ ਨੇ ਮੈਨੂੰ, ਮੈਂ ਪਿਆਨਾ, ਆਪ ਇੱਕ ਸ਼ਾਦੀ ਨਹੀਂ, ਕਈ ਕਈ ਸ਼ਾਦੀਆਂ ਕੀਤੀਆਂ। ਉਹ ਜਿੱਧਰ ਤੂੰ ਸ਼ਾਦੀ ਕਰਨਾ, ਤੂੰ ਵੀ ਤਾਂ ਕਿਸੇ ਦਾ ਦਮਾਦ ਬਣਿਆ ਨਾ, ਤੇ ਤੇਰਾ ਕੋਈ ਨਾ ਬਣੇ। ਤੂੰ ਐਡਾ ਇੱਜ਼ਤਦਾਰ ਹੈ ਕਿ ਤੂੰ ਦਮਾਦ ਹੋਵੇਂ, ਤੇਰਾ ਕੋਈ ਦਮਾਦ? ਧੀਆਂ ਵੀ ਅੱਜ ਮਿਲਾਦ 'ਚ ਬੈਠੀਆਂ ਨੇ, ਪਰਦਾਦਾਰ ਸ਼ੁਕਰੀਆ ਅਦਾ ਕਰੋ। ਅੱਲਾ ਨੇ ਫਰਮਾਇਆ, ਲੜਨਾ ਨਹੀਂ ਹੋ ਇਹਨਾਂ ਨਾਲ, ਪਾਗਲ ਨਾਲ ਲੜੀਦਾ ਨਹੀਂ। ਕਮਾਲ ਹੈ ਭਾਈ, ਤੁਹਾਡੇ ਸੁਣਨ ਦੀ ਕਮਾਲ। ਅੱਲਾ ਫਰਮਾਇਆ, ਬੰਦੇ ਸਾਰੇ ਬੇਵਕੂਫ ਨੇ, ਲੋਕਾਂ ਦੇ ਸਾਹਮਣੇ ਜਾਹਿਲ ਆਏ ਨੇ, ਤੇਰੇ ਸਾਹਮਣੇ ਅਬੂ ਜਹਿਲ ਆਏ ਨੇ, ਨਬੀਆਂ ਦੇ ਸਾਹਮਣੇ ਜਾਹਿਲ ਆਏ ਨੇ ਤੇ ਮੇਰੇ ਨਬੀ ਦੇ ਸਾਹਮਣੇ ਜਾਹਿਲਾਂ ਦੇ ਅੱਬੇ। ਅੱਲਾ ਫਰਮਾਇਆ, ਇਹਨਾਂ ਨਾਲ ਲੜਨ ਦੀ ਲੋੜ ਨਹੀਂ। ਕੀ ਕਰਨਾ? ਫਰਮਾਇਆ, ਤੈਨੂੰ ਪਤਾ ਹੀ ਨਹੀਂ ਧੀ ਕੀ ਹੁੰਦੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਕੋਈ ਜਵਾਈ ਕੀ ਹੁੰਦਾ। ਇਹ ਧੀ ਨੂੰ ਇੱਜ਼ਤ ਨਹੀਂ ਸਮਝਦੇ ਤੇ ਜਵਾਈ ਨੂੰ ਗਾਲ ਸਮਝਦੇ ਨੇ। ਜਾ ਮੇਰਾ ਰਸੂਲ, ਇਹਨਾਂ ਦਾ ਮੈਂ ਇਲਾਜ ਇੱਕ ਕਰਾਂਗਾ, ਤੈਨੂੰ ਧੀ ਐਸੀ ਦਿਆਂਗਾ। ਪਹਿਲਾਂ ਕਿਆ ਬਾਤ ਹੈ, ਪਹਿਲੇ ਤੈਨੂੰ ਧੀ ਐਸੀ ਦਿਆਂਗਾ, ਉੱਤੋਂ ਦਮਾਦ ਐਸਾ ਦਿਆਂਗਾ, ਲੋਕ ਧੀਆਂ ਨੂੰ ਪਿਆਰ ਦੇਣ ਲੱਗ ਪੈਣਗੇ, ਦਮਾਦਾਂ ਨੂੰ ਸਰਾਣੇ ਬਣਨ ਲੱਗ ਪੈਣਗੇ। ਹਜ਼ਰਾਤ, ਕਾਇਨਾਤ ਤੇ ਜਿੰਨੀਆਂ ਧੀਆਂ ਬਾਇੱਜ਼ਤ ਨੇ, ਉਹਨਾਂ ਦੀ ਵਜ੍ਹਾ ਦਾ ਨਾਂ ਫਾਤਿਮਾ ਜ਼ਹਰਾ ਹੈ, ਜਿੰਨੇ ਜਵਾਈ ਬਾਇੱਜ਼ਤ ਨੇ, ਵਜ੍ਹਾ ਦਾ ਨਾਂ ਅਲੀ ਇਬਨ ਅਬੀ ਤਾਲਿਬ। ਸ਼ੁਕਰੀਆ ਬਾਜੀ, ਨਹਾਇਤ ਮਿਹਰਬਾਨੀ, ਮੈਂ ਦੁਆ ਹਾਸਲ ਕਰ ਲਈ।